ਪੰਜਾਬ ਕੈਬਨਿਟ ਮੰਤਰੀ ਓਪੀ ਸੋਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਘਟੀਆ ਕੁਆਲਿਟੀ ਦੇ ਵੈਂਟੀਲੇਟਰ ਭੇਜੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ 320 ਵੈਂਟੀਲੇਟਰਸ ਦੇ ਵਿੱਚੋਂ ਜ਼ਿਆਦਾਤਰ ਚੱਲ ਹੀ ਨਹੀਂ ਰਹੇ ਤੇ ਸਾਡੇ ਕੋਲ ਇਸ ਤੋਂ ਵਧੀਆ ਕੁਆਲਿਟੀ ਦੇ ਵੈਂਟੀਲੇਟਰਸ ਹਨ ਪਹਿਲਾਂ ਹੀ ਇੱਥੇ ਦੱਸ ਦਈਏ ਕਿ ਓਪੀ ਸੋਨੀ ਨੇ ਇਸ ਮਾਮਲੇ ਸੰਬੰਧੀ ਕੇਂਦਰ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਵਿੱਚ ਵੀ ਆਰਮੀ ਹਸਪਤਾਲਾ ਦੀ ਕਮਾਂਡ ਸੰਭਾਲੇਗੀ ਮੋਹਾਲੀ ਤੇ ਬਠਿੰਡਾ ਦੇ ਵਿੱਚ 100 100 ਬੈੱਡ ਦਾ ਹਸਪਤਾਲ ਬਣਨ ਵਾਲਾ ਹੈ ਜਿੱਥੇ ਆਰਮੀ ਦੇ ਡਾਕਟਰਸ ਆਰਮੀ ਦਾ ਪੈਰਾਮੈਡੀਕਲ ਸਟਾਫ ਜਿਹੜਾ ਹੈ ਉਹ ਸੇਵਾਵਾਂ ਦੇਵੇਗਾ ਸਾਡੇ ਨਾਲ ਕੈਬਨਿਟ ਮਿਨਿਸਟਰ ਓਪੀ ਸੋਨੀ ਨੇ ਸੋਨੀ ਜੀ ਕਦੋਂ ਤੱਕ ਇਹ ਜਿਹੜੇ ਹਸਪਤਲ ਨੇ ਉਹ ਤਿਆਰ ਹੋ ਜਾਣਗੇ ਤੇ ਕਿੰਨਾ ਕੰਮ ਜਿਹੜਾ ਹੁਣ ਤੱਕ ਹੋ ਚੁੱਕਿਆ ਮੈਡਮ ਇਹ ਜਿਹੜੇ ਦੋ ਹਸਪਤਲ ਸਾਡੇ ਜਿਹੜੇ ਨਵੇਂ ਅਸੀਂ ਟੈਂਪਰੇਰੀ ਹਸਪਤਲ ਜਿਹੜੇ ਬਣਾ ਰਹੇ ਨੇ ਮੋਹਾਲੀ 100 ਬੈੱਡਡ ਹਸਪਤਲ ਉਹਦੇ ਨਾਲ ਬਠਿੰਡਾ 100 ਬੈੱਡਡ ਹਸਪੀਟਲ ਜਿਹੜੇ ਨੇ ਅਸੀਂ ਉਹ ਜਲਦੀ ਜਿਹੜੇ ਨੇ ਤਿਆਰ ਕਰਨ ਜਾ ਰਹੇ ਆ ਸੋ ਜਲਦੀ ਉਹ ਤਿਆਰ ਹੋ ਜਾਣਗੇ ਉਹਦਾ ਜਿਹੜਾ ਕੰਮ ਸਾਰਾ ਉਹ ਸਵਾਮਾ ਜਿਹੜੀ ਆਰਮੀ ਦੇ ਰਹੀ ਹੈ ਤੁਹਾਨੂੰ ਪਤਾ ਪਿੱਛੇ ਸਾਡੇ ਸੀਐਮ ਸਾਹਿਬ ਨਾਲ ਜਨਰਲ ਸਾਹਿਬ ਦੀ ਮੀਟਿੰਗ ਹੋਈ ਸੀ ਸੋ ਉਹਨਾਂ ਰਿਕਵੈਸਟ ਕੀਤੀ ਸੀ ਸੀਐਮ ਸਾਹਿਬ ਨੇ ਕਿ ਸਾਡੀ ਹੈਲਪ ਕਰੋ ਸਾਨੂੰ ਡਾਕਟਰ ਦਿਓ ਸਾਨੂੰ ਪੈਰਾਮੈਡੀਕਲ ਸਟਾਫ ਨਰਸ ਜੀ ਸੋ ਸਾਡੇ ਜਿਹੜੇ ਨੇ ਤੁਹਾਨੂੰ ਹਸਪੀਟਲ ਜਿਹੜੇ ਨੇ ਅਸੀਂ ਟੈਂਪਰੇਰੀ ਬਣਾ ਕੇ ਦੇ ਦਿੰਨੇ ਆ ਉਹ ਜਲਦੀ ਜਿਹੜੇ ਨੇ ਹਫਤੇ 10 ਦੇ ਵਿੱਚ ਵਿੱਚ ਜਿਹੜੇ ਨੇ ਇਹ ਦੋਵੇਂ ਚੱਲੂ ਹੋ ਜਣਗੇ ਜਿਹੜਾ ਤੀਸਰਾ ਅਸੀਂ ਪਟਿਆਲੇ ਜਿਹੜਾ 100 ਬੈਡਡ ਹਸਪੀਟਲ ਜਿਹੜਾ ਆਰਮੀ ਇਹਨੇ ਰਨ ਕਰਨਾ ਉਹ ਤੇ ਅੱਜ ਤੋਂ ਹੀ ਸ਼ੁਰੂਟ ਹੋ ਜਾਏਗਾ ਸੋਨੀ ਜੀ ਇਸਨ ਹਾਲ ਹੀ ਵੈਂਟੀਲੇਟਰਸ ਨੂੰ ਲੈ ਕੇ ਬੜੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਫਰੀਦਕੋਟ ਤੇ ਹੋਰ ਕਈ ਥਾਵਾਂ ਤੇ ਵੈਂਟੀਲੇਟਰ ਜਿਹੜੇ ਨੇ ਉਹ ਹਾਲੇ ਵੀ ਅਨਯੂਜ਼ਡ ਨੇ ਉਸ ਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਵਿਕੁ ਨਹੀਂ ਸਾਰੇ ਜਿਹੜੇ ਨੇ ਅਸੀਂ ਚਾਲੂ ਤੇ ਕੀਤੇ ਨੇ ਉਹਨਾਂ 'ਚ ਜਿੰਨੀ ਲੋੜ ਸੀਗੀ ਚਾਲੂ ਕੀਤੇ ਨੇ ਸਾਨੂੰ 320 ਦੇ ਕਰੀਬ ਜਿਹੜੇ ਨੇ ਸੈਂਟਰ ਗਵਰਨਮੈਂਟ ਵੱਲੋਂ ਵੈਂਟੀਲੇਟਰ ਆਏ ਸੀ ਪੰਜਾਬ ਤੋਂ ਤਿੰਨਾਂ ਸਾਡੇ ਹਸਪੀਟਲਾਂ 'ਚ ਸੋ ਉਹ ਜਿਹੜੇ ਵੈਂਟੀਲੇਟਰ ਨੇ ਉਹ ਚੱਲ ਨਹੀਂ ਰਹੇ ਉਹ ਥੋੜੇ ਮੈਂ ਸਮਝਣਾ ਉਹ ਘਟੀਆ ਕੁਆਲਿਟੀ ਦੇ ਨੇ ਉਹ ਜੀ ਮੁਸ਼ਕਲ ਆ ਰਹੀ ਹੈ ਜੇ ਅਸੀਂ ਚਾਲੂ ਕਰਨਿਆਂ ਤੇ ਉਹ ਬੰਦ ਹੋ ਜਾਂਦੇ ਉਹਦੇ ਨਾਲ ਮੁਸ਼ਕਲ ਆਉਂਦੀ ਹੈ ਪਰ ਸਾਡੇ ਕੋਲ ਆਪਣੇ ਕੋਲ ਵੀ ਵੈਂਟੀਲੇਟਰ ਪੰਜਾਬ ਸਰਕਾਰ ਨੇ ਵੀ ਪ੍ਰਬੰਧ ਕੀਤਾ ਚਾ ਆਪਣਾ ਵੀ ਸੋ ਜਿੰਨੇ ਸਾਡੇ ਆਪਣੇ ਵੈਂਟੀਲੇਟਰ ਨੇ ਜਿਹੜੇ ਅਸੀਂ ਲਾਏ ਨੇ ਸੋ ਉਹ ਜਿਹੜੇ ਨੇ ਵਰਕ ਕਰ ਰਹੇ ਨੇ ਸੋ ਜਿਹੜੇ ਵੀ ਪੇਸ਼ੈਂਟ ਵੈਂਟੀਲੇਟਰ ਤੇ ਨੇ ਉਹਨਾਂ ਨੂੰ ਅਸੀਂ ਵੈਂਟੀਲੇਟਰ ਜਿਹੜੇ ਲਾ ਰਹੇ ਨੇ ਸਭ ਥੋੜੀ ਜੀ ਫਰੀਦਕੋਟ ਜਿਹੜੀ ਆ ਮੁਸ਼ਕਲ ਆਈ ਆ ਸੋ ਅਸੀਂ ਸੈਂਟਰ ਗਵਰਨਮੈਂਟ ਨੂੰ ਸੀਐਮ ਸਾਹਿਬ ਨੇ ਲਿਖਿਆ ਮੈਂ ਵੀ ਗੱਲ ਕੀਤੀ ਆ ਸੋ ਮੈਂ ਵੀ ਲੈਟਰ ਲਿਖ ਰਿਹਾ ਹਾਂ ਸੋ ਉਹਨਾਂ ਨੇ ਕੱਲ ਸਾਡੇ ਕੈਂਪ ਤੇ ਆਪੇ ਇੰਜੀਨੀਅਰ ਵੀ ਭੇਜੇ ਨੇ ਜਿਹੜੀ ਕੰਪਨੀਆਂ ਐਪਲਾਈ ਕੀਤੇ ਨੇ ਸੈਂਟਰ ਗਵਰਨਮੈਂਟ ਨੇ ਜਿੱਥੋਂ ਲਏ ਸੀ ਕਮਨ ਅਸ਼wini ਮਨਹਾ ਸਨਾਲਿਤ ਕਮਹੇਸ਼ ਵੀ ਸੀ ਮੀਧਿਆ ਚੰਡੀਗੜ੍ਹ